ਪੰਜਾਬੀ ਖਬਰਨਾਮਾ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ। ਦੁਨੀਆ ਭਰ ਵਿੱਚ ਹਜ਼ਾਰਾਂ ਲੋਕ ਕੋਰੋਨਾ ਵਾਇਰਸ ਦੇ ਨਾਲ ਮਰ ਰਹੇ ਨੇ, ਪਰ ਅਜੇ ਤੱਕ ਇਸ ਖਤਰਨਾਕ ਵਾਇਰਸ ਨਾਲ ਲੜਨ ਲਈ ਨਾ ਤਾਂ ਕੋਈ ਟੀਕਾ ਬਣਿਆ ਨਾ ਹੀ ਕੋਈ ਵੈਕਸੀਨ। ਹਾਲਾਂਕਿ ਕੁਝ ਦਵਾਈਆਂ ਨਿਸ਼ਚਿਤ ਤੌਰ ਉੱਤੇ ਕੁਝ ਪ੍ਰਭਾਵ ਪਾ ਰਹੀਆਂ ਨੇ, ਉਹਨਾਂ ਵਿੱਚੋਂ ਇੱਕ ਹੈ ਰਿਮਡੇਸਿਵਰ। ਇਹ ਦਵਾਈ ਅਮਰੀਕਾ ਕੰਪਨੀ ਦੀ ਗਿਲਿਆਰਡ ਸਾਇੰਸ ਦੁਆਰਾ ਤਿਆਰ ਕੀਤੀ ਗਈ ਹੈ ਤੇ ਹੁਣ ਇਸ ਦਵਾਈ ਨੂੰ ਭਾਰਤ ਵਿੱਚ ਵਰਤਣ ਦੀ ਆਗਿਆ ਦੇ ਦਿੱਤੀ ਗਈ ਹੈ। ਅੰਗਰੇਜ਼ੀ ਅਖਬਾਰ ਦੇ ਮੁਤਾਬਕ ਇੰਡੀਅਨ ਐਕਸਪ੍ਰੈਸ ਨੇ ਦੱਸਿਆ ਕਿ ਭਾਰਤ ਵਿੱਚ ਡਰੱਗ ਰੈਗੂਲੇਟਰੀ ਬਾਡੀ ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਨੇ ਰਿਮਡੇਸਿਵਰ ਦੀ ਵਰਤੋਂ ਦੀ ਆਗਿਆ ਦੇ ਦਿੱਤੀ ਹੈ। ਇਹ ਦਵਾਈ ਕੋਰੋਨਾ ਦੇ ਅਜਿਹੇ ਮਰੀਜ਼ਾਂ ਨੂੰ ਦਿੱਤੀ ਜਾਵੇਗੀ ਜੋ ਹਸਪਤਾਲ ਵਿੱਚ ਦਾਖਲ ਨੇ। ਇਸ ਵਿੱਚ ਬਾਲਕ ਤੇ ਬੱਚੇ ਦੋਵੇਂ ਸ਼ਾਮਲ ਨੇ। ਇਹ ਦਵਾਈ ਮੁੰਬਈ ਦੀ ਇੱਕ ਕੰਪਨੀ ਕਲਿਨਰਾ ਗਲੋਬਲ ਸਰਵਿਸ ਦੁਆਰਾ ਅਮਰੀਕਾ ਤੋਂ ਆਯਾਤ ਕੀਤੀ ਜਾਵੇਗੀ। ਵਰਤਮਾਨ ਵਿੱਚ ਇਹ ਦਵਾਈ ਕੋਰੋਨਾ ਦੇ ਮਰੀਜ਼ਾਂ ਤੇ ਸਿਰਫ 5 ਦਿਨਾਂ ਲਈ ਵਰਤੀ ਜਾਵੇਗੀ। ਦੱਸ ਦਈਏ ਕਿ ਪੂਰੀ ਦੁਨੀਆ ਦੀ ਨਿਗਾਹ ਐਂਟੀਵਾਇਰਲ ਡਰੱਗ ਦੇ ਉੱਪਰ ਟਿਕੀ ਹੋਈ ਹੈ ਤੇ ਵਰਤਮਾਨ ਵਿੱਚ ਟ੍ਰਾਇਲ ਵੱਖ ਵੱਖ ਪੜਾਵਾਂ ਵਿੱਚ ਚੱਲ ਰਹੇ ਨੇ। ਪੜਾਅ ਦੇ 3 ਨਤੀਜਿਆਂ ਦੇ ਅਨੁਸਾਰ 65% ਮਰੀਜ਼ ਇਸ ਦਵਾਈ ਦੀ ਵਰਤੋਂ ਨਾਲ 11ਵੇਂ ਦਿਨ ਬਿਹਤਰ ਸਥਿਤੀ ਵਿੱਚ ਦਿਖਾਏ ਗਏ ਨੇ ਤੇ ਪਿਛਲੇ ਮਹੀਨੇ USA ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਲਾਹਕਾਰ ਨੇ ਵਾਈਟ ਹਾਊਸ ਵਿੱਚ ਇਸ ਡਰੱਗ ਦੀ ਸਫਲਤਾ ਦਾ ਐਲਾਨ ਕੀਤਾ ਸੀ। ਉਹਨਾਂ ਨੇ ਕਿਹਾ ਕਿ ਆਂਕੜੇ ਦਰਸਾਉਂਦੇ ਨੇ ਕਿ ਰੈਮਡੇਸਿਵਰ ਦਵਾਈ ਬਹੁਤ ਸਪਸ਼ਟ ਪ੍ਰਭਾਵਸ਼ਾਲੀ ਤੇ ਸਕਾਰਾਤਮਕ ਪ੍ਰਭਾਵ ਪਾ ਰਹੀ ਹੈ ਤੇ ਅਮਰੀਕਾ, ਯੂਰਪ ਤੇ ਏਸ਼ੀਆ ਦੇ 68 ਥਾਵਾਂ ਉੱਤੇ 1063 ਵਿਅਕਤੀਆਂ ਉੱਤੇ ਟੈਸਟ ਕੀਤਾ ਗਿਆ, ਜਿਸ ਤੋਂ ਪਤਾ ਚੱਲਦਾ ਕਿ ਇਹ ਦਵਾਈ ਕੋਰੋਨਾ ਵਾਇਰਸ ਨੂੰ ਰੋਕ ਸਕਦੀ ਹੈ। ਪੰਜਾਬੀ ਖਬਰਾਂ ਦੇ ਵਿੱਚ ਇਹ ਸੀ ਵੱਡੀ ਖਬਰ। ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ aajnewswala.com ਦੇ ਨਾਲ। ਸਰਦਾਰ ਗੁਰਜੀਤ ਸਿੰਘ, ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ। ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕਿੱਤਾ ਕਰਵਾਇਆ, ਸੰਤਾਨ ਹੀਨਤਾ, ਸੱਸ ਨੂੰ ਅਤੇ ਪਤੀ ਪਤਨੀ ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਸੋਤਨ ਜਾਂ ਦੁਸ਼ਮਨ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਸਰਦਾਰ ਗੁਰਜੀਤ ਸਿੰਘ, ਅੱਜ ਹੀ ਫੋਨ ਕਰੋ